ਹਾਂਜੀ ਦੋਸਤੋ, ਨਵੀਂ ਅਪਡੇਟ ਨਾਲ ਹਾਜ਼ਰ ਹੋ ਚੁੱਕੇ ਹਾਂ। 8 ਜੂਨ ਹੈ ਅੱਜ ਅਤੇ ਸਿੱਧੂ ਮੂਸੇਵਾਲ ਦਾ ਭੋਗ ਸੀ ਅੱਜ ਮਾਨਸਾ ਦੇ ਵਿੱਚ। ਕਾਫੀ ਵੱਡਾ ਇਕੱਠ ਦੇਖਣ ਨੂੰ ਮਿਲਿਆ। ਟਿੱਬਿਆਂ ਦੇ ਪੁੱਤ ਸ਼ੁਭਦੀਪ ਸਿੱਧੂ ਦੀ ਅੰਤਿਮ ਅਰਦਾਸ ਦੇ ਵਿੱਚ ਦੂਰੋਂ ਦੂਰੋਂ ਲੋਕ ਜਿਹੜੇ ਉਹ ਦੇਖਣ ਨੂੰ ਮਿਲੇ। ਇਸ ਦੇ ਵਿਚਾਰੇ ਦੋਸਤੋ ਕਾਫੀ ਅਪਡੇਟਸ ਵੀ ਨਿਕਲ ਕੇ ਸਾਹਮਣੇ ਆਈਆਂ। ਸਿੱਧੂ ਦੀ ਫੈਮਿਲੀ ਵੱਲੋਂ ਕਿਹਾ ਗਿਆ ਵੀ ਸਿੱਧੂ ਦੀ ਯਾਦ ਦੇ ਵਿੱਚ ਇੱਕ ਬੂਟਾ ਜ਼ਰੂਰ ਲਾਇਓ ਅਤੇ ਉਹਦੀ ਦੇਖਭਾਲ ਜ਼ਰੂਰ ਕਰਿਓ। ਅਤੇ ਨਾਲ ਹੀ ਦੋਸਤੋ ਇੱਕ ਹੋਰ ਅਪਡੇਟ ਵੀ ਨਿਕਲ ਕੇ ਸਾਹਮਣੇ ਆਈ। ਇੱਕ ਮੀਡੀਆ ਚੈਨਲ ਵੱਲੋਂ ਦਾਅਵਾ ਕੀਤਾ ਗਿਆ ਕਿ ਕਰਨ ਔਜਲਾ ਦੀ ਸਿੱਧੂ ਮੂਸੇਵਾਲ ਦੇ ਫਾਦਰ ਸਾਹਿਬ ਨਾਲ 1 ਤਰੀਕ ਨੂੰ ਗੱਲਬਾਤ ਹੋਈ ਸੀਗੀ। ਅਤੇ ਉੱਥੋਂ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਕਰਨ ਔਜਲਾ ਅਤੇ ਸਿੱਧੂ ਮੂਸੇਵਾਲਾ ਔਲਰੈਡੀ ਕਿਸੇ ਗਾਣੇ ਦੇ ਵਿੱਚ ਕਲੈਬਰੇਸ਼ਨ ਕਰਨ ਜਾ ਰਹੇ ਸੀ। ਇਸ ਦਾਅਵੇ ਦੀ ਪੁਸ਼ਟੀ ਦੋਸਤੋ ਅਸੀਂ ਨਹੀਂ ਕਰਦੇ। ਇਸ ਦੇ ਬਾਰੇ ਇੱਕ ਮੀਡੀਆ ਚੈਨਲ ਵੱਲੋਂ ਗੱਲਬਾਤ ਕੀਤੀ ਗਈ ਸੀ। ਨਾਲ ਹੀ ਦੋਸਤੋ ਸਿੱਧੂ ਦੇ ਜਾਣ ਦੇ ਪਿੱਛੋਂ ਸਿਕੰਦਰ ਕਾਲੋ, ਜਿਨ੍ਹਾਂ ਨੇ ਕਿ ਰੈਕਸ ਐਂਡ ਰਾਊਂਡਸ ਗਾਣੇ ਦੇ ਵਿੱਚ ਸਿੱਧੂ ਨਾਲ ਕਲੈਬਰੇਸ਼ਨ ਕੀਤੀ ਸੀ, ਉਹਨਾਂ ਦੀ ਐਲਬਮ ਰਿਲੀਜ਼ ਹੋਈ ਸੀ ਆਰੀਆ। ਉਸ ਐਲਬਮ ਦੀਆਂ ਵੀਡੀਓਜ਼ ਵੀ ਉਹਨਾਂ ਵੱਲੋਂ ਡਿਲੇ ਕਰ ਦਿੱਤੀਆਂ ਗਈਆਂ ਹਨ। ਨਾਲ ਜਿਹੜੇ ਨਵੀਆਂ ਕਲੈਬਰੇਸ਼ਨਾਂ ਆਉਣੇ ਸੀ ਉਹ ਵੀ ਡਿਲੇ ਕਰ ਦਿੱਤੀਆਂ ਗਈਆਂ ਹਨ। ਇਸ ਦੇ ਇਲਾਵਾ ਦੋਸਤੋ ਸਿੱਧੂ ਮੂਸੇਵਾਲ ਦੇ ਫਾਦਰ ਸਾਹਿਬ ਨੇ ਸਟੇਜ ਤੋਂ ਇੱਕ ਗੱਲ ਕਹੀ। ਉਹਨਾਂ ਨੇ ਕਿਹਾ ਵੀ ਆਖਰੀ ਸਾਹ ਤੱਕ ਸਿੱਧੂ ਨੂੰ ਜਿਉਂਦਾ ਰੱਖਣ ਦੀ ਉਹ ਕੋਸ਼ਿਸ਼ ਕਰਨਗੇ। ਅਤੇ ਨਾਲ ਹੀ ਉਹਨਾਂ ਨੇ ਵਾਅਦਾ ਕੀਤਾ ਕਿ ਸਿੱਧੂ ਆਪਣੇ ਆਉਣ ਵਾਲੇ ਗੀਤਾਂ ਦੇ ਰਾਹੀਂ ਲੋਕਾਂ ਦੇ ਵਿਚਕਾਰ ਜ਼ਰੂਰ ਰਹਿਣਗੇ। ਇੱਥੇ ਜਾਣਕਾਰੀ ਲਈ ਦੱਸ ਦਈਏ ਕਿ ਸਿੱਧੂ ਦੇ ਫੈਨ ਪੇਜ ਸਿੱਧੂ ਦੇ ਗਾਣਿਆਂ ਦੀ ਵੇਟ ਕਰਦੇ ਰਹਿੰਦੇ ਨੇ ਹਮੇਸ਼ਾ ਹੀ। ਕੋਈ ਨਾ ਕੋਈ ਗਾਣੇ ਦਾ ਪੋਸਟਰ ਵਗੈਰਾ ਸ਼ੇਅਰ ਹੁੰਦਾ ਹੈ ਤਾਂ ਸਿੱਧੂ ਦੇ ਫੈਨਸ ਵਾਸਤੇ ਇੱਕ ਮੇਲੇ ਵਾਲਾ ਮਾਹੌਲ ਹੁੰਦਾ ਹੈ। ਫਿਲਹਾਲ ਦੇ ਵਿੱਚ ਜਾਣਕਾਰੀ ਮਿਲ ਰਹੀ ਸੀ ਕਿ ਜੂਨ ਮਹੀਨੇ ਦੇ ਵਿੱਚ ਉਹਨਾਂ ਦਾ SYL ਗਾਣਾ ਰਿਲੀਜ਼ ਹੋਏਗਾ। ਸੋ ਦੋਸਤੋ ਉਸ ਗਾਣੇ ਦੀ ਵੇਟ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਉਸ ਗਾਣੇ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਅਤੇ ਹੋਰ ਕਾਫੀ ਮੁੱਦਿਆਂ ਨੂੰ ਲੈ ਕੇ ਸਿੱਧੂ ਨੇ ਆਪਣੇ ਇਸ ਗਾਣੇ ਦੇ ਵਿੱਚ ਆਵਾਜ਼ ਚੁੱਕੀ ਹੈ। ਬਾਕੀ ਦੋਸਤੋ ਆਪਣੀ ਵੀਡੀਓਜ਼ ਦੇ ਵਿੱਚ ਆਪਾਂ ਹਮੇਸ਼ਾ ਸਿੱਧੂ ਦੀ ਗੱਲਬਾਤ ਕਰਦੇ ਰਹਾਂਗੇ। ਸਿੱਧੂ ਦੀ ਯਾਦ ਦੇ ਵਿੱਚ ਇੱਕ ਬੂਟਾ ਜ਼ਰੂਰ ਲਾਇਓ ਅਤੇ #, ਜਸਟਿਸ ਫੋਰ ਸਿੱਧੂ ਅਤੇ ਜਸਟਿਸ ਫੋਰ ਸਿੱਧੂ ਮੂਸੇਵਾਲਾ ਆਲਵੇਜ਼ ਯੂਜ਼ ਕਰਦੇ ਰਹੋ ਆਪਣੇ ਪੋਸਟਾਂ ਸਟੋਰੀਆਂ ਦੇ ਵਿੱਚ ਅਤੇ ਟਵਿੱਟਰ ਦੇ ਉੱਤੇ ਵੀ ਟਵੀਟ ਜ਼ਰੂਰ ਕਰਿਓ। ਨਵੀਂ ਅਪਡੇਟ ਨਾਲ ਛੇਤੀ ਹੀ ਮਿਲਦੇ ਹਾਂ।